ਗੋਲਡਨ ਟੈਂਪਲ ਐਕਸਪ੍ਰੈਸ ਪੈਸੇਂਜਰ ਜਿਹੜੀ ਟ੍ਰੇਨ ਹੈ ਉਹ ਪਹਿਲੀ ਅੰਮ੍ਰਿਤਸਰ ਆਉਣੀ ਸੀ ਸੋ ਅੱਜ ਵਾਇਆ ਤਰਨ ਤਾਰਨ ਹੁਣ ਅੰਮ੍ਰਿਤਸਰ ਪਹੁੰਚ ਗਈ ਹੈ ਕਿਉਂਕਿ ਜੰਡਿਆਲੇ ਜਿਹੜਾ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜਾ ਸੀ ਉਹ ਧਰਨਾ ਲਗਾਇਆ ਸੀ ਔਰ ਉਹਨਾਂ ਨੇ ਇਸ ਗੱਲ ਦਾ ਉਹ ਵੀ ਵਿਜੇਤ ਸੀ ਵੀ ਅਸੀਂ ਪੈਸੇਂਜਰ ਟ੍ਰੇਨ ਨਹੀਂ ਆਉਣ ਦੇਣੀ ਮਾਲ ਗੱਡੀਆਂ ਦੀ ਆਵਾਜਾਈ ਭਾਵੇਂ ਹੋ ਜਾਵੇ ਸੋ ਉਹਨਾਂ ਨੂੰ ਕਾਫੀ ਕੋਸ਼ਿਸ਼ ਕੀਤੀ ਗਈ ਇਹ ਮਨਾਉਣ ਦੀ ਕੱਲ੍ਹ ਰਾਤ ਤੱਕ ਵੀ ਉਹਨਾਂ ਨਾਲ ਗੱਲਬਾਤ ਚੱਲੀ ਹੈ ਅੱਜ ਅਰਲੀ ਮੋਰਨਿੰਗ ਸਵੇਰੇ 4 ਵਜੇ ਤੋਂ ਉਹਨਾਂ ਨਾਲ ਸੰਪਰਕ 'ਚ ਅਸੀਂ ਸੀਗੇ ਮੌਕੇ 'ਤੇ ਵੀ ਗਏ ਹਾਂ ਲੇਕਿਨ ਉਹਨਾਂ ਵੱਲੋਂ ਇਸ ਚੀਜ਼ ਨੂੰ ਜਿਹੜਾ ਹੈ ਕੋਈ ਬਹੁਤ ਜ਼ਿਆਦਾ ਉਹਨਾਂ ਵੱਲੋਂ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ ਸੋ ਫਿਰ ਇਹ ਵੀ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਅਸੀਂ ਇਹਦੀ ਡਾਇਵਰਸ਼ਨ ਰੇਲਵੇ ਵਾਲਿਆਂ ਨਾਲ ਮਿਲ ਕੇ ਅਸੀਂ ਵਾਇਆ ਤਰਨ ਤਾਰਨ ਕਰਵਾ ਕੇ ਸੋ ਹੁਣ ਆਈ ਥਿੰਕ ਇੱਥੇ ਟ੍ਰੇਨ ਪਹੁੰਚ ਗਈ ਹੈ ਜੀ ਲੋਕਾਂ ਨੂੰ ਨੋ ਡਾਊਟ ਖੱਜਲ ਖੁਆਰੀ ਥੋੜ੍ਹੀ ਜ਼ਰੂਰ ਹੋਈ ਹੈ ਪਰ ਇੱਥੇ ਪਹੁੰਚ ਗਏ ਨੇ ਔਰ ਸਾਰੇ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਹੈ ਅਸੀਂ ਉਹਨਾਂ ਲਈ ਫੈਸਿਲੀਟੇਟ ਕੀਤਾ ਹੈ ਸੋ ਜੋ ਵੀ ਅਰੇਂਜਮੈਂਟ ਵਗੈਰਾ ਹੈ ਬੱਸਾਂ ਵਗੈਰਾ ਵੀ ਹੈਗੀਆਂ ਨੇ ਜਿਹੜੀ ਵੀ ਕੋਈ ਮੁਸ਼ਕਲ ਹੋਏਗੀ ਉਹ ਅਸੀਂ ਮੇਰੇ ਆਫਿਸਰ SDM ਸਾਹਿਬਾਨ ਤਹਿਸੀਲਦਾਰ ਸਾਹਿਬਾਨ ਸਾਰੇ ਇੱਥੇ ਨੇ ਮੈਂ SSP ਸਾਹਿਬ ਵੀ ਅਸੀਂ ਇਹੀ ਦੇਖਣ ਆਏ ਸੀ ਕਿ ਤਾਂ ਕਿ ਲੋਕਾਂ ਨੂੰ ਆਪਣੇ ਘਰ ਜੋ ਵੀ ਹੈ ਵੀ ਅਲਟੀਮੇਟਲੀ ਸੁੱਖ ਸਖੰਦਾ ਪਹੁੰਚਾ ਦਈਏ ਔਰ ਜਿਹੜੀ ਵੀ ਕੋਈ ਖੱਜਲ ਖੁਆਰੀ ਹੋਈ ਹੈਗੀ ਹੈ ਇਹ ਵੀ ਜਿੰਨੀ ਉਹ ਘੱਟ ਹੋ ਸਕੇ ਉਹਦਾ ਇੱਕ ਉਪਰਾਲਾ ਸਾਡੇ ਨੂੰ ਕੋਸ਼ਿਸ਼ ਕਰ ਰਹੇ ਹੈਗੇ ਸਰ ਅੱਗੇ ਵਾਸਤੇ ਕੀ ਸੋਚਿਆ ਅੱਗੇ ਵੀ ਖੱਜਲ ਖੁਆਰੀ ਹੋ ਸਕਦੀ ਹੈ ਕਿਉਂਕਿ ਕਿਸਾਨ ਤੇ ਰੇਲਵੇ ਅਥਾਰਟੀਜ਼ ਨਾਲ ਅਸੀਂ ਗੱਲ ਕਰ ਰਹੇ ਹਾਂ ਜੀ ਮਾਲ ਗੱਡੀਆਂ ਦਾ ਤੇ ਬੜਾ ਕਲੀਅਰ ਹੈ ਜਿੱਥੋਂ ਤੱਕ ਹੁਣ ਪੈਸੇਂਜਰ ਗੱਡੀਆਂ ਦਾ ਹੈਗਾ ਉਹਦਾ ਅਸੀਂ ਰੂਟ ਕੀ ਰੱਖਣਾ ਹੈ ਔਰ ਉਹਦੇ ਲਈ ਗਾਂ ਫਰਦਰ ਦੂਸਰੀਆਂ ਗੱਡੀਆਂ ਬਾਰੇ ਕੀ ਹੈਗਾ ਉਹ ਅਸੀਂ ਰੇਲਵੇ ਅਥਾਰਟੀਜ਼ ਨਾਲ ਇਨ ਟੱਚ ਹੈਗੇ ਹਾਂ ਸੋ ਅੱਜ ਇਹ ਪਹਿਲੀ ਗੱਡੀ ਆਈ ਸੀ ਇਹਨੂੰ ਪਹਿਲਾਂ ਅਸੀਂ ਇਹਨੂੰ ਡੈਸਟੀਨੇਸ਼ਨ ਤੇ ਪਹੁੰਚਾਉਣ ਦਾ ਟੀਚਾ ਸੀਗਾ ਇਸ ਤੋਂ ਬਾਅਦ ਹੁਣ ਉਹ ਵੀ ਦੇਖਦੇ ਹਾਂ ਜੀ ਕਿਸ ਤਰ੍ਹਾਂ ਕਰਨਾ ਹੈ ਬੋਮੇ ਤੇ ਕਿਆ ਖੱਜਲ ਖੁਆਰੀ ਕਿਵੇਂ ਹੋਈ ਆਪਕੋ ਕਿਤਨੀ ਦਿੱਕਤ ਹੋਈ ਟ੍ਰੇਨ ਲੇਟ ਹੋ ਗਈ ਸੀ ਕਾਫੀ ਉਸਮੇ 5:30 ਵਜੇ ਉਹਨਾਂ ਆਉਣ ਵਾਲੇ ਥੇ ਅਭੀ 9 ਵਜ ਰਹੇ ਤਾਂ ਕਹਾਂ ਪੇ ਰੁਕੀ ਥੀ ਟ੍ਰੇਨ ਟ੍ਰੇਨ ਰੁਕੀ ਥੀ ਵਿਆਸ ਮੇ ਵਿਆਸ ਕੇ ਪਾਸ ਵਿਆਸ ਕੇ ਪਾਸ ਰੁਕੀ ਥੀ ਹਾਂ ਆਪਕੋ ਕਿਆ ਬੋਲਾ ਗਿਆ ਥਾ ਕਿਸ ਲਈ ਟ੍ਰੇਨ ਉਹ ਕਿਸਾਨੋਂ ਕੀ ਹੜਤਾਲ ਥੀ ਇਸ ਲਈ ਰੁਕਾਈ ਥੀ विवेक लालवानी सर आप कहाँ से आए सर मैं सूरत से आया हूँ सर इतने लॉकडाउन के बाद आज इतने समय बाद ट्रेन में आपने सफ़र किया कैसा लग रहा है ट्रेन के आफ्टर लॉकडाउन 8 महीने के बाद पहली बार ट्रेन में है तो अच्छा लग रहा है सर आपको कोई आने में कोई परेशानी हाँ परेशानी है किसान आंदोलन की वजह से 4 घंटे गाड़ी लेट आई है यानी हर स्टेशन बोले तो लुधियाना के बाद आधा घंटा रुक गई एक उसके बाद आउटर पर आधा घंटा रुक गई ब्यास पे 1 घंटा रुक गई थी और अभी डाइवर्ट होकर दूसरे अलग रूट से आई है जिसकी वजह से 2 घंटे 3 घंटे ज़्यादा लेट हो गए हम जो 5:30 बजे आने चाहिए थे वो 8:30 बजे आई है सर यहाँ पे आने के बाद स्वागत किया गया स्वागत पंजाब सरकार की तरफ से तो अच्छा है चाय का प्रबंध जो किया गया था अच्छा था चाय नाश्ते का बिस्किट का ये जी जो ऑलरेडी अपना ट्रेनों की मूवमेंट के तहत जो शुरुआत हुई है ਇਹਦੇ 'ਚ ਜੋ ਪਹਿਲੀ ਪੈਸੈਂਜਰ ਟ੍ਰੇਨ ਹੈ ਅੱਜ ਅੰਮ੍ਰਿਤਸਰ ਪਹੁੰਚੀ ਹੈ ਗੋਲਡਨ ਟੈਂਪਲ ਐਕਸਪ੍ਰੈਸ ਹਾਲਾਂਕਿ ਇੱਕ ਕਿਸਾਨ ਜਥੇਬੰਦੀ ਹੈ ਜਿਨ੍ਹਾਂ ਵੱਲੋਂ ਹਲੇ ਵੀ ਜੰਡਿਆਲੇ ਲਾਗੇ ਬਲੋਕੇਜ ਕੀਤਾ ਗਿਆ ਹਾਲਾਂਕਿ ਉਹਨਾਂ ਨਾਲ ਗੱਲਬਾਤ ਵੀ ਕਾਫੀ ਕੀਤੀ ਸਵੇਰੇ DC ਸਾਹਿਬ ਔਰ SSP ਸਾਹਿਬ ਸਾਰਿਆਂ ਵੱਲੋਂ ਉਹਨਾਂ ਨੂੰ ਜਿਹੜੀ ਹੈ ਰਿਕੁਐਸਟ ਕੀਤੀ ਗਈ ਸੀ ਬਟ ਐਜ਼ ਆਫ ਨਾਓ ਹਲੇ ਉਹਨਾਂ ਨੇ ਕੋਈ ਜ਼ਿਆਦਾ ਪੋਜ਼ਿਟਿਵ ਰਿਸਪੋਂਸ ਨਹੀਂ ਸੀ ਦਿੱਤਾ ਤਾਂ ਇਸ ਕਰਕੇ ਜਿਹੜੀ ਹੈ ਬਿਆਸ ਤੋਂ ਜਿਹੜੀ ਹੈ ਵਾਇਆ ਤਰਨ ਤਾਰਨ ਜਿਹੜੀ ਅੰਮ੍ਰਿਤਸਰ ਪਹੁੰਚੀ ਹੈ ਸਾਡੇ ਐਫਰਟਸ ਦੇ ਤਹਿਤ ਕਿ ਸਾਰੇ ਪੈਸੈਂਜਰਸ ਨੂੰ ਸੇਫਲੀ ਉਹਨਾਂ ਦੇ ਘਰ ਪਹੁੰਚਾਇਆ ਜਾ ਸਕੇ ਉਸ ਦੇ ਤਹਿਤ ਅਸੀਂ ਸਭ ਇੱਥੇ ਅੱਜ ਟਰਾਂਸਪੋਰਟ ਦਾ ਔਰ ਬਾਕੀ ਅਰੇਂਜਮੈਂਟ ਕੀਤਾ ਸਵਾਲ ਅੱਗੇ ਆਇਆ ਵਾ ਕਿ ਅਗਲੀਆਂ ਟ੍ਰੇਨਾਂ ਦਾ ਕੀ ਕੀਤਾ ਜਾਏਗਾ ਲੋਕ ਬੜੇ ਇਹਦੇ ਜੀ ਆਲਰੇਡੀ ਜਿਵੇਂ ਰੇਲਵੇ ਅਥਾਰਟੀਜ਼ ਦੇ ਨਾਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਰਕਾਰ ਲੈਵਲ 'ਤੇ ਵੀ ਅਤੇ ਜਿਹੜੀ ਇੱਕ ਔਰਗਨਾਈਜੇਸ਼ਨ ਜਿਹੜੀ ਕਿਸਾਨਾਂ ਦੀ ਜੋ ਹੈਗੀ ਹੈ ਜੋ ਹਲੇ ਵੀ ਬਲੋਕੇਟ ਦੇ ਨਾਲ ਉਹਨਾਂ ਨਾਲ ਗੱਲਬਾਤ ਆਲਰੇਡੀ ਚੱਲ ਰਹੀ ਹੈ ਇਸ ਦੇ ਨਾਲ ਨਾਲ ਹੀ ਰੇਲਵੇ ਅਥਾਰਟੀਜ਼ ਨਾਲ ਵੀ ਪੈਰਲਲ ਗੱਲਬਾਤ ਚੱਲ ਰਹੀ ਹੈ ਕਿ ਵਾਇਆ ਤਰਨ ਤਾਰਨ ਜਿਹੜੀ ਹੈ ਉਹ ਮੂਵਮੈਂਟ ਜਿਹੜੀ ਹੈ ਕੰਟੀਨਿਊ ਰੱਖੀ ਹੈ ਸਰ ਕਿੰਨੇ ਸਫ਼ਰ ਕੀਤੇ ਇਹਦੇ 'ਚ ਜੋ ਅੰਮ੍ਰਿਤਸਰ ਲਾਸਟ ਡੈਸਟੀਨੇਸ਼ਨ ਹੈ ਉੱਥੇ ਤਕਰੀਬਨ ਅਰਾਊਂਡ 500 ਔਡ ਪੈਸੈਂਜਰ ਸੀਗੇ ਅਤੇ ਉਹਨਾਂ ਦੇ ਹਿਸਾਬ ਨਾਲ ਹੀ ਫਿਰ ਜਿਹੜੀ ਅਸੀਂ ਟਰਾਂਸਪੋਰਟ ਦਾ ਔਰ ਬਾਕੀ ਅਰੇਂਜਮੈਂਟ ਕੀਤੇ ਸੀ ਠੀਕ